ਹਲਕੇ ਦੇ ਹਾਲ ਵਿੱਚ ਅੱਜ ਗੱਲ ਕਰਾਂਗੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਹਲਕੇ ਦੀ। ਫਿਲੌਰ ਹਲਕਾ ਨਵੀਂ ਹੱਦਬੰਦੀ ਨੀਤੀ ਤੋਂ ਬਾਅਦ ਵੀ ਰਾਖਵਾਂ ਹੀ ਰਿਹਾ ਹੈ ਅਤੇ ਉਹ ਲੈਂਦੇ ਹਾਂ ਜਾਇਜ਼ਾ ਫਿਲੌਰ ਹਲਕੇ ਦਾ ਅਤੇ ਜਾਣਦੇ ਹਾਂ ਲੋਕਾਂ ਦੀਆਂ ਦੁੱਖ ਦਰਦ, ਉਹਨਾਂ ਦੀ ਪਰੇਸ਼ਾਨੀਆਂ ਅਤੇ ਪਿਛਲੇ ਸਾਲਾਂ ਵਿੱਚ ਸਰਕਾਰ ਦੁਆਰਾ ਕਰਾਏ ਗਏ ਵਿਕਾਸ ਕਾਰਜਾਂ ਨੂੰ। ਭਾਵੇਂ ਮੁਗਲ ਕਾਲ ਹੋਵੇ ਜਾਂ ਅੰਗਰੇਜ਼ਾਂ ਦਾ ਰਾਜ, ਸ਼ਹਿਰ ਫਿਲੌਰ ਆਪਣੀ ਭੂਗੋਲਿਕ ਸਥਿਤੀ ਕਾਰਨ ਸਭ ਦੀਆਂ ਨਜ਼ਰਾਂ 'ਚ ਰਿਹਾ। ਇਸ ਸ਼ਹਿਰ 'ਚ ਮਹਾਰਾਜਾ ਰਣਜੀਤ ਸਿੰਘ ਅਤੇ ਅਨੇਕਾਂ ਸਿੱਖ ਯੋਧਿਆਂ ਨੇ ਬਾਹਰੋਂ ਆਉਣ ਵਾਲੇ ਧਾੜਵੀਆਂ ਖਿਲਾਫ ਜੰਗੀ ਯੋਜਨਾਵਾਂ ਤਿਆਰ ਕੀਤੀਆਂ ਅਤੇ ਬਹੁਤ ਸਾਰੀਆਂ ਲੜਾਈਆਂ 'ਚ ਫਤਿਹ ਹਾਸਲ ਕੀਤੀ। ਪੁਰਾਣੇ ਸਮੇਂ ਤੋਂ ਹੀ ਇਸ ਸ਼ਹਿਰ ਵਿੱਚ ਪਛੜੇ ਵਰਗ ਅਤੇ ਦਲਿਤ ਵਰਗਾਂ ਦੇ ਲੋਕਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਇਹ ਹਲਕਾ ਹਮੇਸ਼ਾ ਹੀ ਰਾਖਵਾਂ ਰਿਹਾ। ਨਵੀਂ ਹੱਦਬੰਦੀ ਤੋਂ ਬਾਅਦ ਵੀ ਇਸ ਹਲਕੇ ਨੂੰ ਰਾਖਵਾਂ ਹੀ ਰੱਖਿਆ ਗਿਆ। ਨਵੀਂ ਹੱਦਬੰਦੀ ਤੋਂ ਬਾਅਦ ਫਿਲੌਰ ਹਲਕੇ 'ਚ ਕਾਨੂੰਗੋ ਸਰਕਲ ਫਿਲੌਰ, ਲਸਾੜਾ, ਅਪਰਾ, ਗੁਰਾਇਆਂ, ਰੁੜਕਾਂ ਕਲਾਂ, ਬੜਾ ਪਿੰਡ, ਪ੍ਰਤਾਪਪੁਰਾ, ਗੁਰਾਇਆਂ ਨਗਰਪਾਲਿਕਾ, ਨਗਰਪਾਲਿਕਾ ਫਿਲੌਰ ਅਤੇ ਫਿਲੌਰ ਤਹਿਸੀਲ ਦਾ ਇਲਾਕਾ ਸ਼ਾਮਲ ਹੈ। ਇਸ ਹਲਕੇ 'ਚ ਪੈਣ ਵਾਲੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡਾਂ ਨੂੰ ਨਵੀਂ ਹੱਦਬੰਦੀ ਦੌਰਾਨ ਬੰਗਾ ਹਲਕੇ ਨਾਲ ਜੋੜ ਦਿੱਤਾ ਗਿਆ। ਗੱਲ ਅੰਕੜਿਆਂ ਦੀ ਕਰੀਏ ਤਾਂ ਜਨਵਰੀ 2011 ਦੇ ਰਿਕਾਰਡ ਮੁਤਾਬਕ ਇੱਥੇ 1,67,802 ਵੋਟਰ ਨੇ, ਜਿਨ੍ਹਾਂ ਵਿੱਚੋਂ 86,825 ਮਰਦ ਅਤੇ 80,970 ਔਰਤ ਵੋਟਰ ਨੇ। ਫਿਲੌਰ ਸੀਟ ਨੂੰ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਸਮਝਿਆ ਜਾਂਦਾ, ਪਰ 2007 ਦੀਆਂ ਅਸੈਂਬਲੀ ਚੋਣਾਂ ਦੌਰਾਨ ਇੱਥੋਂ ਅਕਾਲੀ ਦਲ ਦੇ ਆਗੂ ਸਰਵਣ ਸਿੰਘ ਫਿਲੌਰ ਨੇ ਕਾਂਗਰਸੀ ਦਿੱਗਜ ਚੌਧਰੀ ਸੰਤੋਖ ਸਿੰਘ ਨੂੰ ਮਾਮੂਲੀ ਜਿਹੇ ਫਰਕ ਨਾਲ ਹਰਾ ਦਿੱਤਾ ਸੀ। ਸਰਵਣ ਸਿੰਘ ਫਿਲੌਰ ਨੂੰ 42,412 ਵੋਟਾਂ ਪਈਆਂ ਸਨ ਅਤੇ ਚੌਧਰੀ ਸੰਤੋਖ ਸਿੰਘ ਨੂੰ 42,139 ਵੋਟਾਂ ਹਾਸਲ ਹੋਈਆਂ ਸਨ। ਗੱਲ 2009 ਦੀਆਂ ਲੋਕ ਸਭਾ ਚੋਣਾਂ ਦੀ ਕਰੀਏ ਤਾਂ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 42,045 ਵੋਟਾਂ ਅਤੇ ਅਕਾਲੀ ਦਲ ਦੇ ਉਮੀਦਵਾਰ ਹੰਸਰਾਜ ਹੰਸ ਨੂੰ 40,602 ਵੋਟਾਂ ਮਿਲੀਆਂ ਸਨ। ਡੇਨ ਨਾਈਟ ਨਿਊਜ਼ ਦੀ ਟੀਮ ਵੱਲੋਂ ਹਲਕਾ ਫਿਲੌਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹਲਕੇ 'ਚ ਪਿਛਲੇ 5 ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਬਹੁਗਿਣਤੀ ਲੋਕਾਂ ਮੁਤਾਬਕ ਇੱਥੇ ਖਸਤਾ ਹਾਲਤ ਸੜਕਾਂ ਸਭ ਤੋਂ ਵੱਡੀ ਮੁਸੀਬਤ ਹੈ ਅਤੇ ਸ਼ਹਿਰੀ ਖੇਤਰਾਂ 'ਚ ਸਾਫ਼ ਸਫਾਈ ਦਾ ਕੋਈ ਧਿਆਨ ਨਹੀਂ ਹੈ। ਪੇਂਡੂ ਖੇਤਰਾਂ ਲਈ ਫਿਲੌਰ ਸਭ ਤੋਂ ਵੱਡਾ ਨੇੜਲਾ ਸ਼ਹਿਰ ਪੈਂਦਾ, ਜਿੱਥੋਂ ਤੱਕ ਪਹੁੰਚਣ ਲਈ ਲੋਕਾਂ ਨੂੰ ਟੁੱਟੀਆਂ ਸੜਕਾਂ ਨਾਲ ਜੂਝਣਾ ਪੈਂਦਾ। ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇ ਆਹ ਘਰ ਦੇ ਮੂਹਰੇ ਸੜਕਾਂ ਦੇਖ ਲਓ ਜੀ, ਟੁੱਟੀਆਂ ਪਈਆਂ ਗਲੀਆਂ ਮੁਹੱਲੇ 'ਚ, ਨਾਲੀਆਂ 'ਚ ਪਾਣੀ ਖੜ੍ਹਾ, ਸੀਵਰੇਜ ਬੰਦ ਆ, ਲੋਕ ਪਰੇਸ਼ਾਨ ਆ, ਬਿਮਾਰੀਆਂ ਫੈਲ ਰਹੀਆਂ, ਪਰ ਪੰਜਾਬ ਸਰਕਾਰ ਸੁੱਤੀ ਪਈ ਆ। ਗਲੀਆਂ ਦੇ ਵਿੱਚ ਇੰਟਰਲੋਕਿੰਗ ਟਾਇਲ ਲਾ ਰਹੇ ਆ, ਉਹ ਬਹੁਤ ਗਲਤ ਲਾ ਰਹੇ ਆ, ਤਾਂ ਕਿ ਉਹ ਇੰਟਰਲੋਕ ਜਾਂ ਮੀਂਹ ਪੈਂਦਾ ਜਾਂ ਕੋਈ ਹੋਰ ਪਾਣੀ ਆਉਂਦਾ ਅਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਲੀਕੇਜ ਹੋ ਜਾਂਦੀ ਆ ਅਤੇ ਉਹਨਾਂ ਘਰਾਂ 'ਚ ਲੋਕਾਂ ਦੇ ਘਰਾਂ 'ਚ ਕਾਫੀ ਸਲਾਬ ਆਉਂਦੀ ਆ। ਅਸੀਂ ਇਹਨਾਂ ਨੂੰ ਲੈ ਕੇ ਵੀ ਦਿੱਤਾ ਸੀਗਾ। ਕੋਈ ਸੜਕ ਨਹੀਂ ਬਣੀ, ਕੋਈ ਪਾਣੀ ਦਾ ਨਿਕਾਸ ਨਹੀਂ ਹੋਇਆ, ਕੁਛ ਨਹੀਂ ਹੋਇਆ। ਪੈਨਸ਼ਨਾਂ ਗਰੀਬ ਵਿਚਾਰੇ ਰੋਂਦੇ ਫਿਰਦੇ, 250 ਰੁਪਏ ਪੈਨਸ਼ਨ ਆ, ਉਹ ਵੀ 5-5, 6-6 ਮਹੀਨੇ ਦੀਆਂ ਰੱਖੀਆਂ ਹੋਈਆਂ। ਬਿਲਕੁਲ ਖੋਖਲੇ ਦਾਅਵੇ, ਝੂਠੇ ਦਾਅਵੇ ਆ ਜੀ, ਕੁਛ ਨਹੀਂ ਕਰ ਰਹੀ ਸਰਕਾਰ। ਆ ਦਿਸਦਾ ਹੀ ਪਿਆ ਸਾਰਿਆਂ ਨੂੰ ਕਿੱਦਾਂ ਦਾ ਟੋਏ ਆ, ਬੁਰਾ ਹਾਲ ਆ, ਪਬਲਿਕ ਲਈ ਇੰਨਾ ਮੁਸ਼ਕਿਲ ਹੋਇਆ ਜੀ ਲੰਘਣਾ, ਪੁੱਛੋ ਨਾ ਜੀ।
ਵਧਾਇਕ ਇੱਦਾਂ ਜੀ ਵਧੀਆ ਗੱਡੀ ਚਾਹੁੰਦੇ, ਉਹਨਾਂ ਨੂੰ ਹੁਚਕਿਆਂ ਦਾ ਪਤਾ ਨਹੀਂ ਲੱਗਦਾ, ਉਹਨਾਂ ਨੂੰ ਹੁਚਕਿਆਂ ਦਾ ਕੀ ਪਤਾ, ਹੁਚਕਿਆਂ ਦਾ ਸਾਨੂੰ ਲੋਕਾਂ ਨੂੰ ਪਤਾ, ਜਿਹੜੇ ਮੋਟਰਸਾਈਕਲ 'ਤੇ ਜਾ ਕਿਸੇ ਨੇ ਵਿਚਾਰੇ ਟੈਂਪੂ ਟਾਂਗ ਕੇ ਜਾਣਾ, ਉਹ ਤਾਂ ਆਪਣੀ ਵਧੀਆ ਗੱਡੀ ਚਾਹੁੰਦੇ, ਉਹਨਾਂ ਨੂੰ ਕੀ ਪਤਾ ਇਸ ਗੱਲ ਦਾ ਵੀ ਹੁਚਕੇ ਹੁੰਦੇ ਕੀ ਆ। 3 ਸਾਲ ਹੀ ਹੋ ਗਏ ਆ, ਪਤਾ ਨਹੀਂ ਕੀ ਪਾਈ ਜਾਂਦੇ ਰੋਡ 'ਚ, ਪੈਸੇ ਖਾਈ ਜਾਂਦੇ ਆ, ਠੀਕ ਆ ਕਿ ਨਹੀਂ। ਕੰਮ ਸੜਕ ਜਦੋਂ ਦੇਖੋ ਮੈਂ ਸਾਲ ਵੀ ਨਹੀਂ ਸੜਕ ਕਰਦੀ, ਸੜਕ ਟੁੱਟ ਜਾਂਦੀ ਆ, ਮੋਟਰਸਾਈਕਲ ਐਕਸੀਡੈਂਟਾਂ ਦਾ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ। ਸਾਡੇ ਪਿੰਡ ਦੀਆਂ ਬਹੁਤ ਹੀ ਪਰੇਸ਼ਾਨੀਆਂ ਸੀ, ਇਹ ਸਰਕਾਰ ਨੇ 5 ਸਾਲ ਦੇ ਦੌਰਾਨ ਸਾਡੇ ਪਿੰਡ ਵਿੱਚ ਕਰੀਬ 80 ਲੱਖ ਰੁਪਈਏ ਦੇ ਕਰੀਬ ਗਰਾਂਟਾਂ ਭੇਜੀਆਂ, ਰਸਤੇ ਪੱਕੇ ਕਰਾਉਣ ਵਾਸਤੇ, ਪਾਣੀ ਵਾਸਤੇ, ਟੋਇਲਟਾਂ ਵਾਸਤੇ। ਸਾਡੇ ਪਿੰਡ ਦਾ ਵਿਕਾਸ ਬਹੁਤ ਹੋਇਆ ਅਤੇ ਹੋਰ ਵੀ ਉਹ ਕਰ ਰਿਹਾ, ਅੱਗੇ ਤੋਂ ਕਰ ਰਿਹਾ, ਖੇਡਾਂ ਵਿਭਾਗ ਵਾਸਤੇ ਬਹੁਤ ਕਰ ਰਿਹਾ। ਪਰੇਸ਼ਾਨੀਆਂ ਤਾਂ ਕਾਫੀ ਸੀ, ਪਰ ਵੈਸੇ ਸਾਡੇ ਪ੍ਰਕਾਸ਼ ਸਿੰਘ ਬਾਦਲ ਦੀ ਹਿੰਮਤ ਨਾਲ, ਸਰਦਾਰ BAC ਹਿੰਮਤ ਨਾਲ ਸਾਡੇ ਪਿੰਡ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ। ਜੋ ਅਸੀਂ ਮੰਗਿਆ ਜਿੱਥੇ ਰਵਿਦਾਸ ਮੰਦਿਰ ਲਈ ਚਾਹੀਦਾ ਸੀ ਉੱਥੇ ਸਾਨੂੰ ਮਿਲਦਾ ਰਿਹਾ, ਜੇ ਖੇਡਾਂ ਦੇ ਮੈਦਾਨ 'ਚ ਸਾਨੂੰ ਚਾਹੀਦਾ ਸੀ ਉੱਥੇ ਮਿਲਦਾ ਰਿਹਾ, ਜੇ ਗਲੀਆਂ ਨਾਲੀਆਂ ਲਈ ਗਈ, ਗਲੀਆਂ ਨਾਲੀਆਂ ਲਈ ਵੀ ਸਾਡੇ ਪਿੰਡ 'ਚ ਘੱਟੋ ਘੱਟ 10-15 ਲੱਖ ਆ ਚੁੱਕਾ, ਅਤੇ ਬਾਕੀ ਸਾਡੇ ਹੋਰ ਵੀ ਬਹੁਤ ਸਹੂਲਤਾਂ ਮਿਲੀਆਂ, ਸਾਨੂੰ ਘੱਟ ਨਹੀਂ ਕੁਛ ਜੀ। ਪਿੰਡਾਂ 'ਚ ਤਾਂ ਨਹੀਂ ਹੈਗੀਆਂ ਪ੍ਰੋਬਲਮਾਂ ਇੰਨੀਆਂ ਹੈਗੀਆਂ, ਜਿੱਦਾਂ ਹੁਣ ਕਾਗਜ਼ੀ ਕਾਰਵਾਈ ਹੋਈ ਜਾਂਦੀ ਆ ਹੁਣ ਸਹੀ, ਜਿੱਦਾਂ ਜਿੱਦਾਂ ਹੁਣ ਲੀਡਰ ਬਣੀ ਜਾਂਦੇ ਆ, ਪਰ ਕਾਗਜ਼ਾਂ ਦੀ ਪ੍ਰੋਬਲਮ ਬਹੁਤ ਆਉਂਦੀ ਆ, ਬੰਦੇ ਗੇੜੇ ਕਈ ਕੰਮ ਆ, ਇੱਦਾਂ ਜਿੱਦਾਂ ਉਹਨਾਂ 'ਚ ਆਉਂਦੀ ਆ, ਉੱਦਾਂ ਤਾਂ ਪਿੰਡਾਂ ਦੇ ਮਾਹੌਲ ਬਹੁਤ ਵਧੀਆ ਹੈ। ਸਥਾਨਕ ਲੋਕ ਇੱਥੇ ਨਸ਼ਿਆਂ ਦੇ ਹੋ ਰਹੇ ਗੈਰ ਕਾਨੂੰਨੀ ਕਾਰੋਬਾਰ ਤੋਂ ਕਾਫੀ ਪਰੇਸ਼ਾਨ ਦਿਖੇ। ਉਹਨਾਂ ਮੁਤਾਬਕ ਸਰਕਾਰੀ ਤੰਤਰ ਇਸ ਨਸ਼ੇ ਦੇ ਕਾਰੋਬਾਰ ਨੂੰ ਰੋਕਣ 'ਚ ਪੂਰੀ ਤਰ੍ਹਾਂ ਨਾਕਾਮ ਰਿਹਾ। ਪਰੇਸ਼ਾਨੀ ਇਹ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਇੱਦਾਂ ਵਿਕਦਾ ਧੜਾ ਧੜ, ਇੱਕ ਅਪਰਾ ਚੌਂਕੀ ਆ, ਇੱਕ ਧੜੇਤਾ ਚੌਂਕੀ ਆ, ਇੱਕ ਉਹ ਮੁਕੰਦਪੁਰ ਚੌਂਕੀ ਆ, ਕਿ ਬੜਾ ਬੜੇ ਕੋਲੇ ਵਿਚਾਲੇ ਪਿੰਡ ਹੋਵੇ ਤਾਂ ਨਸ਼ਾ ਵਿਕਣ ਨਾ ਸਾਡੇ, ਨਸ਼ਾ ਵਿਕਦਾ ਇੱਥੇ। ਹੁਣ ਜਿੱਦਾਂ ਨਸ਼ਾ ਜਿਹੜਾ ਇੱਥੇ ਵਿਕਦਾ ਨਾ, ਉਹ ਸਵੇਰ ਤੋਂ ਲੈ ਕੇ ਤਕਾਲਾਂ ਤਾਂ ਹੀ ਉਹ ਚੱਲੀ ਜਾਂਦਾ ਕੰਮ, ਪੁਲਿਸ ਆਉਂਦੀ ਆ, ਫੜ ਕੇ ਲਿਜਾਂਦੀ ਵੀ ਆ, ਪਰ ਛੱਡੀ ਜਾਂਦੀ, ਨਸ਼ਾ ਫੇਰ ਵਿਕੀ ਜਾਂਦਾ। ਹੁਣ ਸਰਕਾਰ ਇੱਕ ਪਾਸੇ ਕਹਿੰਦੀ ਆ ਕਿ ਵੀ ਅਸੀਂ ਨਸ਼ਾ ਮੁਕਤ ਕਰ ਦਿੱਤਾ, ਸਾਡੇ ਪਿੰਡ ਦਾ ਧੜਾ ਧੜ ਵਿਕਦਾ, ਹੋਰ ਤਾਂ ਹੋਰ ਆ, ਜਿਹੜੇ ਨਵੇਂ ਨਸ਼ੇ ਹੋਰ ਆ ਗਏ ਪਿੰਡ ਨੂੰ ਤਾਂ ਹੋਰ ਗਾਲ। ਲੋਕਾਂ ਦੇ ਗਿਲੇ ਸ਼ਿਕਵਿਆਂ ਅਤੇ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਜਦੋਂ ਮੌਜੂਦਾ ਵਿਧਾਇਕ ਸਰਵਣ ਸਿੰਘ ਫਲੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਦਾਅਵਾ ਸੀ ਕਿ ਉਹਨਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜ ਬੇਮਿਸਾਲ ਨੇ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਉਹਨਾਂ ਦੇ ਕੰਮਾਂ ਤੋਂ ਕਾਫੀ ਖੁਸ਼ ਨੇ। ਡੇਅ ਨਾਈਟ ਨਿਊਜ਼ ਦੀ ਟੀਮ ਦੀ ਮੌਜੂਦਾ ਵਿਧਾਇਕ ਨਾਲ ਮੁਲਾਕਾਤ ਪਿੰਡ ਰੁੜਕਾ ਕਲਾਂ 'ਚ ਹੋਈ, ਜਿੱਥੇ ਉਹ ਸਰਪੰਚ ਦੇ ਘਰੇ ਗ੍ਰਾਂਟ ਦਾ ਚੈੱਕ ਦੇਣ ਆਏ ਸਨ। ਉਹਨਾਂ ਆਪਣੇ ਵਿਕਾਸ ਕਾਰਜਾਂ ਦੀ ਵਿਆਖਿਆ ਕੁਝ ਇਸ ਤਰ੍ਹਾਂ ਕੀਤੀ। ਇੱਥੇ ਇੱਕ ਤਾਂ ਮੁੱਦਾ ਜਿਹੜਾ ਸੀ ਵਿਕਾਸ ਦਾ ਸੀ, ਅਤੇ ਦੂਸਰਾ ਮੁੱਦਾ ਇਸ ਇਲਾਕੇ ਦੇ ਵਿੱਚ ਜਿਹੜਾ ਪਿੱਛੇ ਸੀ ਉਹ ਸੀ, ਇਹਨਾਂ ਨੇ ਕਾਂਗਰਸ ਵਾਲਿਆਂ ਨੇ ਗੁੰਡਾਗਰਦੀ ਬਹੁਤ ਕੀਤੀ ਸੀ, ਪੁਲਿਸ ਅਤੇ ਗੁੰਡਾਗਰਦੀ ਜਿਹੜੀ ਸੀ ਉਹ ਰਲ ਕੇ, ਮਤਲਬ ਇੱਕ ਕਿਸਮ ਦਾ ਜ਼ੋਰ ਨਾਲ, ਧੱਕੇ ਨਾਲ, ਧੌਂਸ ਨਾਲ ਇਹ ਜਿੱਤਣਾ ਚਾਹੁੰਦੇ ਸੀ, ਲੇਕਿਨ ਉਹ ਅਸੀਂ ਧੌਂਸ ਚੱਲਣ ਨਹੀਂ ਦਿੱਤੀ ਅਤੇ ਐਤਕੀ ਨਾਮ ਹੀ ਅਸੀਂ ਚੱਲਣ ਦੇਵਾਂਗੇ। ਅਤੇ ਤੀਜਾ ਮੁੱਦਾ ਸੀ ਵੀ ਮੈਂ ਜਦੋਂ ਵੀ ਬਣਿਆ ਅਤੇ ਮੈਂ ਇਸ ਇਲਾਕੇ ਦਾ ਵਿਕਾਸ ਕੀਤਾ, ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਮੈਂ ਸੀਵਰੇਜ ਸਿਸਟਮ ਪਾਊਂਗਾ, ਉਹ ਹੁਣ 31 ਕਰੋੜ ਰੁਪਈਏ ਦੇ ਨਾਲ ਅਸੀਂ ਸੀਵਰੇਜ ਉੱਥੇ ਦਾ ਕੰਮ ਜਿਹੜਾ ਚੱਲ ਰਿਹਾ। ਅਤੇ ਇਸੇ ਤਰ੍ਹਾਂ ਫਲੋਰ ਦਾ ਵੀ ਇੱਕ ਪਾਰਟ ਨੂਰਮਹਿਲ ਰੋਡ 'ਤੇ, ਵੀ ਉਹ ਉੱਥੇ ਕੋਈ ਸੀਵਰੇਜ ਸਿਸਟਮ ਨਹੀਂ ਸੀ, ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਉਹ ਗਰੀਬ ਲੋਕ ਉੱਥੇ ਵੱਸਦੇ ਸੀ, ਦਲਿਤ ਲੋਕਾਂ ਦੀ ਆਬਾਦੀ ਜ਼ਿਆਦਾ ਆ, ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਐਤਕੀ ਸਰਕਾਰ ਜਦੋਂ ਵੀ ਬਣੇ ਤਾਂ ਮੈਂ ਤੁਹਾਡੇ ਸੀਵਰੇਜ ਸਿਸਟਮ ਪਾਊਂਗਾ, ਉਹ ਵੀ ਅਸੀਂ ਹੁਣ ਕੰਮ ਚੱਲ ਰਿਹਾ। ਤੀਸਰਾ ਪੀਣ ਵਾਲਾ ਜਿਹੜਾ ਪਾਣੀ ਹੈ, ਪੀਣ ਵਾਲਾ ਪਾਣੀ ਜਿਹੜਾ ਆ ਉਹ ਦੂਸ਼ਿਤ ਹੋ ਚੁੱਕਾ ਅਤੇ ਉਹ ਬੜੀ ਸਮੱਸਿਆ ਸੀ, ਅਸੀਂ ਉਸ ਦੇ ਲਈ ਵੀ ਵਾਟਰ ਸਪਲਾਈ ਆ ਤਕਰੀਬਨ ਅਸੀਂ ਹਰ ਪਿੰਡ ਨੂੰ ਜਿਹੜੀ ਆ ਉਹ ਸਾਫ਼ ਸੁਥਰਾ ਪਾਣੀ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਕਿ ਅੱਜ ਦਿੱਤਾ ਜਾ ਰਿਹਾ ਆ।
ਜਿਹੜੀਆਂ ਲਿੰਕ ਰੋਡਸ ਆ ਉਹਦੇ ਵਿੱਚੋਂ ਵੀ ਅਸੀਂ ਜਿਹੜੀਆਂ ਹੁਣ ਕੁਛ ਟੈਂਡਰ ਹੋ ਗਏ ਨੇ ਉਹ ਕੰਮ ਕੁਛ 'ਤੇ ਚੱਲ ਰਿਹਾ ਅਤੇ ਕੁਛ 'ਤੇ ਚੱਲਣ ਲੱਗ ਪਊਗਾ। ਲੇਕਿਨ ਫਿਰ ਵੀ ਅਸੀਂ ਰੋਡ ਸਿਸਟਮ ਦੇ ਵਿੱਚ ਅਸੀਂ ਬਹੁਤ ਵੱਡਾ ਮੈਂ ਆਪਣੇ ਏਰੀਏ ਦੇ ਵਿੱਚ ਸੁਧਾਰ ਕੀਤਾ। ਨਸ਼ਾ ਦੇਖੋ ਇਹ ਕੋਈ ਅੱਜ ਨਹੀਂ ਵਿਕਦਾ, ਨਸ਼ੇ ਵਾਲੇ ਨੇ ਜਿਹੜਾ ਵਪਾਰ ਕਰਨਾ ਜਿਹੜੇ ਉਹ ਨਹੀਂ ਰੁਕਦਾ। ਲੇਕਿਨ ਇਸ ਵਕਤ ਅਸੀਂ ਜਿਹੜਾ ਨਸ਼ਾ ਆ ਨਾ ਉਹਨੂੰ ਕਾਫੀ ਮਾਤਰਾ 'ਚ ਫੜਿਆ ਵੀ ਆ। ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਫੜ ਕੇ ਪੁਲਿਸ ਨੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ 'ਚ ਵੀ ਭੇਜਿਆ ਅਤੇ ਪੂਰੀ ਕੋਸ਼ਿਸ਼ ਆ ਕਿ ਮੈਂ ਡਰੱਗਸ ਦੇ ਪਾਸ ਸਖ਼ਤ ਖਿਲਾਫ ਆ, ਇੱਕ ਡਰੱਗਸ ਦੇ ਅਤੇ ਇੱਕ ਗੁੰਡਾਗਰਦੀ ਦੇ। ਇਹ ਦੋਨੋਂ ਅਸਲ 'ਚ ਇਹਨਾਂ ਨੂੰ ਪੈਦਾ ਕਰਨ ਵਾਲੀ, ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇਹ ਸਾਡੀ ਜਿਹੜੀ ਵਿਰੋਧੀ ਪਾਰਟੀ ਹੈ ਨਾ, ਇਹਨੇ ਗੁੰਡਾਗਰਦੀ ਨੂੰ ਵੀ ਅਤੇ ਡਰੱਗਸ ਨੂੰ ਪੈਦਾ ਇਹਨਾਂ ਨੇ ਕੀਤਾ। ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਜਿੰਨੇ ਇਹਨਾਂ ਦੇ ਆਲੇ ਦੁਆਲੇ ਲੀਡਰ ਆ, ਜਿੰਨੇ ਇਹਨਾਂ ਨੇ ਲੀਡਰ ਬਣਾਏ, ਜਿੰਨੇ ਅਹੁਦੇਦਾਰ ਕਾਂਗਰਸ ਪਾਰਟੀ ਦੇ ਇਸ ਫਲੋਰ ਦੇ ਹਲਕੇ 'ਚ ਬਣਾਏ ਆ, ਉਹਦਾ ਕਿਸੇ ਨਾ ਕਿਸੇ ਤਰ੍ਹਾਂ ਸੰਬੰਧ ਜਾਂ ਤਾਂ ਡਰੱਗਸ ਨਾਲ ਆ ਅਤੇ ਜਾਂ ਉਹਨਾਂ ਦਾ ਗੁੰਡਿਆਂ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਚੌਧਰੀ ਸੰਤੋਖ ਸਿੰਘ, ਜੋ ਇਸ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ, ਉਹ ਵੀ ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦੀ ਲੰਮੀ ਚੌੜੀ ਲਿਸਟ ਦਿਖਾਉਂਦੇ ਨੇ। ਉਹਨਾਂ ਮੁਤਾਬਕ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਇਸ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਉਹ ਆਗਾਮੀ ਚੋਣਾਂ 'ਚ ਆਪਣੀ ਜਿੱਤ ਪ੍ਰਤੀ ਕਾਫੀ ਆਸਵੰਦ ਦਿਖੇ। ਜਿਹੜੀ ਮੌਜੂਦਾ ਸਰਕਾਰ ਹੈ ਇਹਦੇ 5 ਸਾਲ ਪੂਰੇ ਹੋਣ ਜਾ ਰਹੇ ਔਰ ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ 5 ਸਾਲਾਂ ਵਿੱਚ ਬਹੁਤ ਬੁਰੀ ਤਰ੍ਹਾਂ ਹਰ ਖੇਤਰ ਵਿੱਚ ਇਹ ਸਰਕਾਰ ਫੇਲ ਹੋਈ ਹੈ, ਚਾਹੇ ਉਹ ਇਨਫਰਾਸਟ੍ਰਕਚਰ ਹੈ, ਰੋਡਸ ਹੈ, ਜਾਂ ਜਿਹੜਾ ਦਿਹਾਤੀ ਵਿਕਾਸ ਦੀਆਂ ਜਿਹੜੇ ਪਿੰਡਾਂ ਦੇ ਵਿਕਾਸ ਦੇ ਹੋਰ ਜਿਹੜੀਆਂ ਸਕੀਮਸ ਹੈ, ਜਾਂ ਐਜੂਕੇਸ਼ਨ ਸੈਕਟਰ ਹੈ, ਜਾਂ ਹੈਲਥ ਸੈਕਟਰ ਹੈ, ਹਰ ਫੀਲਡ ਵਿੱਚ ਹਰ ਖੇਤਰ ਵਿੱਚ ਇਹ ਸਰਕਾਰ ਮੈਂ ਸਮਝਦਾ ਕਿ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਇਹ ਇਤਿਹਾਸ ਵਿੱਚ ਪਹਿਲੀ ਦਫ਼ਾ ਹੋਏਗਾ ਕਿ ਇੰਨੀ ਨੋਨ ਪਰਫੋਰਮੈਂਸ ਕਿਸੇ ਗਵਰਨਮੈਂਟ ਨੇ ਕੀਤੀ ਹੋਵੇ। ਸੋ ਲੋਕ ਬੜੇ ਪਰੇਸ਼ਾਨ ਹੈ, ਸਾਰੇ ਇਲਾਕੇ ਦੀਆਂ ਸੜਕਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਸੀ ਉਹ ਟੁੱਟੀਆਂ ਪਈਆਂ, ਉਹ ਰਿਪੇਅਰ ਨਹੀਂ ਹੋਈਆਂ, ਨਵੀਂ ਸੜਕ ਨਹੀਂ ਕੋਈ ਬਣੀ, ਸਕੂਲਾਂ ਨੂੰ ਕੋਈ ਸਹੂਲਤ ਨਹੀਂ ਮਿਲੀ, ਜਿਹੜੀਆਂ ਡਿਸਪੈਂਸਰੀਜ਼ ਹੈ ਉੱਥੇ ਕੋਈ ਸਹੂਲਤ ਨਹੀਂ ਹੋਈ ਔਰ ਸਭ ਤੋਂ ਵੱਡੀ ਜਿਹੜੀ ਗਰੀਬਾਂ ਦੀਆਂ ਸਮੱਸਿਆਵਾਂ ਜਿਸ ਤਰ੍ਹਾਂ ਕਿ ਪੈਨਸ਼ਨਸ ਹੈ, ਗਰੀਬਾਂ ਦੀਆਂ ਪੈਨਸ਼ਨਾਂ ਜਿਹੜੀਆਂ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਉਸ ਵਿੱਚ ਬੁਰੀ ਤਰ੍ਹਾਂ ਸਰਕਾਰ ਫੇਲ ਹੋਈ ਹੈ। ਜਦੋਂ ਸਾਡੀ ਗਵਰਨਮੈਂਟ ਸੀ ਮੇਰੇ ਕੋਲ ਖੁਦ ਸੋਸ਼ਲ ਸਿਕਿਉਰਿਟੀ ਦਾ ਮਹਿਕਮਾ ਰਿਹਾ ਔਰ ਅਸੀਂ 450 ਕਰੋੜ ਰੁਪਏ ਦਾ ਇੱਕ ਸਪੈਸ਼ਲ ਫੰਡ ਕ੍ਰੀਏਟ ਕੀਤਾ ਸੀ, ਡੈਡੀਕੇਟਡ ਫੰਡ ਉਸ ਦਾ ਨਾਂ ਲਿਖਿਆ ਔਰ ਉਸ ਦੇ ਨਾਲ ਅਸੀਂ ਸਾਰੇ ਜਿਹੜੇ ਪੈਨਸ਼ਨ ਹੋਲਡਰ ਸੀਗੇ ਉਹਨਾਂ ਨੂੰ ਅਸੀਂ ਪੈਨਸ਼ਨਾਂ ਨਿਰਵਿਘਨ ਦਿੰਦੇ ਸੀ ਔਰ ਜਿਹੜੀ ਸ਼ਗਨ ਸਕੀਮ ਦੇ ਪੈਸੇ ਉਹ ਦਿੰਦੇ ਸੀ, ਜਿਹੜੀਆਂ ਸ਼ਡਿਊਲਡ ਕਾਸਟ ਬੱਚਿਆਂ ਦੀਆਂ ਕਿਤਾਬਾਂ ਵਜ਼ੀਫੇ ਉਹ ਦਿੰਦੇ ਸੀ। ਪਰ ਇਹ ਜਦੋਂ ਦੀ ਸਰਕਾਰ ਬਣੀ ਹੈ ਉਹਨਾਂ ਨੇ ਉਹ ਬਿਲਕੁਲ ਜਿਹੜਾ 450 ਕਰੋੜ ਦਾ ਜਿਹੜਾ ਸਾਡਾ ਫੰਡ ਸੀ ਉਸਨੂੰ ਡਿਲੀਊਟ ਕਰਕੇ ਅਸੀਂ ਇੱਥੇ 100% ਸੀਵਰੇਜ ਸਿਸਟਮ ਕੀਤਾ, 100% ਸੀਵਰੇਜ ਸਿਸਟਮ ਕੀਤਾ। 8.5 ਕਰੋੜ ਦਾ ਇੱਕ ਕਰੋਸ ਦੀ ਲਾਈਨ ਉਹ ਅਸੀਂ ਪ੍ਰੋਜੈਕਟ ਲਿਆਂਦਾ, ਇਹ ਸਰਕਾਰ ਆਈ ਇਹਨਾਂ ਨੇ ਉਹ ਬੰਦ ਕਰ ਦਿੱਤਾ। ਇਸੇ ਤਰ੍ਹਾਂ ਅਸੀਂ ਸ਼ਹਿਰ ਦੀਆਂ ਆ ਕੋਈ 1.5 ਕਰੋੜ ਰੁਪਏ ਦੀਆਂ ਤੁਸੀਂ ਸਟਰੀਟ ਲਾਈਟ ਜਿੱਦਾਂ ਵੱਡੇ ਮੈਟਰੋ ਸਿਟੀ 'ਚ ਉੱਦਾਂ ਦੇਖ ਰਹੇ ਇਹ ਲਾਈਟਾਂ ਅਸੀਂ ਲਵਾਈਆਂ। ਅਸੀਂ ਜਿੱਥੇ ਪਿੰਡਾਂ ਦੇ ਵਿੱਚ ਕਮਿਊਨਿਟੀ ਸੈਂਟਰ ਬਣਾਉਂਦੇ ਹਾਂ, ਆ ਇੱਥੇ ਮਿਊਂਸੀਪਲ ਕਮਿਊਨਿਟੀ ਹਾਲ ਅਸੀਂ 1.5 ਕਰੋੜ ਰੁਪਏ ਦਾ ਬਣਾਇਆ, ਜਿੱਥੇ ਕਿ ਗਰੀਬ ਲੋਕ ਜਿਹੜੇ ਆ ਉਹ 500 ਰੁਪਈਆ ਦੇ ਕੇ ਆਪਣੇ ਵਿਆਹ ਕਰਦੇ, 1100 ਰੁਪਈਆ ਦੇ ਕੇ ਵਿਆਹ ਕਰਦੇ। ਪਰ ਇਹ ਸਰਕਾਰ ਕੀ ਕਰ ਰਹੀ ਹੈ, ਇਹਨੇ ਜਿਹੜੇ ਸਾਡੇ ਕੋਈ ਪੱਥਰ ਲਾਏ ਸੀ ਜਾਂ ਫਾਊਂਡੇਸ਼ਨ ਸਟੋਨ ਸੀ ਉਹਨਾਂ ਨੂੰ ਤੋੜ ਕੇ ਹੁਣ ਕੋਸ਼ਿਸ਼ ਕਰ ਰਹੀ ਅਸੀਂ ਉੱਥੇ ਆਪਣੇ ਲਾ ਦਿੱਤੇ।
ਫਲੌਰ ਹਲਕੇ 'ਚ ਡੇਰਾਬਾਦ ਇੱਕ ਅਹਿਮ ਫੈਕਟਰ ਰਹੇਗਾ। ਦੂਜਾ, ਇੱਥੋਂ ਇਸ ਵਾਰ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਬਲਦੇਵ ਸਿੰਘ ਖੇਰ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਦਲਿਤ ਭਾਈਚਾਰੇ 'ਚ ਚੰਗਾ ਆਧਾਰ ਦੱਸਿਆ ਜਾਂਦਾ ਹੈ। ਉਹਨਾਂ ਦਾ ਆਪਣੀ ਚੋਣ ਤਿਆਰੀ ਬਾਰੇ ਕੀ ਕਹਿਣਾ, ਆਓ ਉਹ ਵੀ ਸੁਣ ਲੈਂਦੇ ਹਾਂ। ਕਮਿਊਨਿਟੀ ਵਾਈਜ਼ ਤਾਂ ਇਹ ਹੈ ਵੀ ਜਿਹੜਾ ਹੈ ਗਰੀਬ ਹੈ ਜਾਂ ਜੋ ਪਛੜਿਆ ਹੈ ਜਾਂ ਜੋ ਦਲਿਤ ਹੈ, ਉਹਨਾਂ ਦਾ ਤਾਂ ਸ਼ੁਰੂ ਤੋਂ ਹੀ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਧੋਖਾ ਹੀ ਹੁੰਦਾ ਆਇਆ ਹੁਣ ਤੱਕ, ਚਾਹੇ ਕੋਈ ਵੀ ਸਮੇਂ ਦੀ ਸਰਕਾਰ ਰਹੀ, ਸਿਰਫ ਉਹਨਾਂ ਨੂੰ ਤਾਂ ਵੋਟਾਂ ਲੈਣ ਤੱਕ ਗੱਦੀਆਂ 'ਤੇ ਬਹਿਣ ਤੱਕ ਸੀਮਤ ਰੱਖਿਆ ਕਿਸੇ ਵੀ ਸਰਕਾਰ ਨੇ ਅੱਜ ਤੱਕ ਪੰਜਾਬ ਦੇ ਵਿੱਚ। ਤੁਸੀਂ ਲਾ ਲਓ ਚਾਹੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਪ੍ਰਧਾਨ ਦੀ ਗੱਲ ਹੋਵੇ, ਮਤਲਬ ਇਹ ਤਾਂ ਸ਼ੁਰੂ ਤੋਂ ਹੀ ਹੈ, ਅੱਤਿਆਚਾਰ ਦੇ ਤਾਂ ਸ਼ਿਕਾਰ ਸ਼ੁਰੂ ਤੋਂ ਹੀ ਹੈ। ਬਟ ਬਹੁਜਨ ਸਮਾਜ ਪਾਰਟੀ ਤਾਂ ਇਸ ਪ੍ਰਬੰਧ ਨੂੰ ਬਦਲਣਾ ਚਾਹੁੰਦੀ ਹੈ, ਕਿਸੇ ਕਾਸਟ ਦੇ ਖਿਲਾਫ ਨਹੀਂ ਹੈ, ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਸਾਰਿਆਂ ਨੂੰ ਨਾਲ ਲੈ ਕੇ ਜਾਤੀ ਤੋੜੋ ਸਮਾਜ ਜੋੜੋ ਦੇ ਆਧਾਰ ਦੇ ਉੱਤੇ, ਸਰਬਜਨ ਹਿਤਾਏ ਸਰਬਜਨ ਸੁਖਾਏ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਹਾਂ ਔਰ ਉਸੇ ਪੈਟਰਨ ਦੇ ਉੱਤੇ ਚੱਲਦੇ ਹਾਂ। ਫਲੌਰ ਹਲਕੇ 'ਚ ਨਵੀਂ ਬਣੀ ਪੀਪਲਸ ਪਾਰਟੀ ਆਫ ਪੰਜਾਬ ਅਤੇ ਸਾਂਝੇ ਮੋਰਚੇ ਦਾ ਬਹੁਤਾ ਪ੍ਰਭਾਵਸ਼ਾਲੀ ਆਧਾਰ ਨਹੀਂ ਹੈ, ਇਸ ਲਈ ਇਸ ਵਾਰ ਇੱਥੇ ਅਕਾਲੀ ਦਲ ਬਾਦਲ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਤਿਕੋਣੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਪਿਛਲੀ ਵਾਰ ਇੱਥੇ ਜਿੱਤ ਹਾਰ ਦਾ ਫਰਕ 200 ਵੋਟਾਂ ਦੇ ਕਰੀਬ ਰਿਹਾ ਸੀ, ਇਸ ਲਈ ਇਸ ਵਾਰ ਵੀ ਜਿੱਤ ਹਾਰ ਦੀ ਲੜਾਈ ਆਸਾਨ ਨਹੀਂ ਹੋਵੇਗੀ। ਤੁਸੀਂ ਵੇਖਿਆ ਜਲੰਧਰ ਜ਼ਿਲ੍ਹੇ ਦੇ ਫਲੌਰ ਹਲਕੇ ਦਾ ਹਾਲ ਅਤੇ ਖੁਦ ਵੇਖਿਆ ਅਤੇ ਜਾਣਿਆ ਇਸ ਹਲਕੇ ਦੇ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਦਿੱਕਤਾਂ ਨੂੰ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ editor@dnightnews.com 'ਤੇ। ਧੰਨਵਾਦ।